ਦੇ ਕਿਸੇ ਪਕਾਨ ਦੇ ਬੰਦੇ ਤੇ ਤਾਂ ਨਹੀਂ ਕੰਮ ਛੱਡਿਆ ਵੀ ਉਹਨੂੰ ਲੈ ਕੇ ਦੇ ਬਗਾਨੇ ਬੰਦੇ ਤੇ ਜਿਵੇਂ ਛੱਡਣਾ ਤਾਂ ਚਾਹੀਦਾ ਨਹੀਂ ਵੈਸੇ ਹਾਂ ਤੇ ਛੱਡ ਕੇ ਵੀ ਦੇਖਿਆ ਪਰ ਕੋਈ ਫਾਇਦੇ ਵਾਲੀ ਗੱਲ ਨਹੀਂ ਠੀਕ ਹੈ ਹਾਂ ਜੀ ਕਿਉਂਕਿ ਕੰਮ ਜਦੋਂ ਕੋਈ ਵੀ ਕਰਦੇ ਤੁਸੀਂ ਜੇ ਤੁਸੀਂ ਆਪ ਕਰਦੇ ਕਿ ਹੋਰ ਹੈ ਜੀ ਗੱਲ ਤੁਹਾਨੂੰ ਦੱਸਣ ਜੋਗਾ ਮੰਨ ਲਓ ਵੀ ਤੁਸੀਂ ਤਾਂ ਸਾਡੇ ਨਾਲ ਜ਼ਿਆਦੇ ਹੋ ਇਹ ਜਾਨਵਰ ਇੱਕ ਇਹੋ ਜੀ ਚੀਜ਼ ਹੈ ਜੇ ਤੁਸੀਂ ਇਹਦੇ ਵਿੱਚ ਭਾਵੇਂ ਤੁਸੀਂ ਖਾਲੀ ਫਿਰਦੇ ਰਹੋ ਕੋਈ ਚੱਕਰ ਵਾਲੀ ਗੱਲ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਮਾਲਕ ਸਾਡੇ ਚ ਫਿਰਦਾ ਹੈਗਾ ਹੂੰ ਤੇ ਜਦੋਂ ਦੂਜਾ ਬੰਦਾ ਫਿਰਦਾ ਹੋਇਆ ਕੋਲੇ ਇਹਦੇ ਮਾਲਾ ਵੀ ਇਹਨਾਂ ਨੂੰ ਕੁਝ ਮਰਜ਼ੀ ਪਾਈ ਜਾਏ ਉਹ ਇਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਇਹ ਸਾਡਾ ਮਾਲਕ ਕਿਹੜਾ ਹੈ ਤੇ ਕਿਹੜਾ ਸਾਡਾ ਮੰਨ ਕੇ ਚੱਲਿਆ ਇੱਕ ਫਾਰਮਲਟੀਆਂ ਕਰਨ ਵਾਲਾ ਜੀ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਇਹ ਉਹਨਾਂ ਜਿੰਨਾ ਪਿਆਰ ਪਹਾਲ ਦਿੰਦਿਆਂ ਨੇ ਉਹਦੋਂ ਖਾਦ ਖਰਾਕ ਦੋ ਤੁਸੀਂ ਸਮਝੀ ਘੱਟ ਪਹਾਲ ਦਿੰਦੀਆਂ ਪਿਆਰੇ ਵੱਧ ਪਹਾਲ ਦਿੰਦੀਆਂ ਪਾਈ ਜਿੰਨਾ ਚੋ ਤੁਸੀਂ ਮਰਜੀ ਜਾ ਉਹ ਇਹ ਨਾ ਹੋਵੇ ਕਿ ਦੋ ਘੰਟੇ ਬਾਅਦ ਇਹਨਾਂ ਨੂੰ ਮਗਰੋਂ ਡੰਡਾ ਨਾ ਘੁੱਟਣ ਲੱਗੇ ਜੋ ਜਿਹੜਾ ਖਾਦਾ ਹੁੰਦਾ ਵਿਚਾਰਿਆਂ ਦਾ ਫਿਰ ਉਹ ਵੀ ਘੱਟ ਦੋ ਤੇ ਉਹਦਾ ਕੋਈ ਫਾਇਦਾ ਨਹੀਂ ਸਹੀ ਗੱਲ ਵਿੱਚ ਬਾਈ ਜਦੋਂ ਕੋਈ ਸਮਝਾਉਣ ਵਾਲੇ ਹੁੰਦੇ ਨਾ ਉਹ ਕੀ ਕਰਦੇ ਕਹਿੰਦੇ ਵੀ ਤੜਕੇ ਫਾਰਮ 'ਚ ਘੰਟਾ ਲਾਓ ਤੇ ਹੱਥ 'ਚ ਘੰਟਾ ਲਾਓ ਠੀਕ ਹੈ ਤੇ ਕੰਮ ਫਿਰੀ ਹੈ ਠੀਕ ਹੈ ਫਿਰ ਜਾਤਾ ਭਾਈ ਉਹ ਬੰਦੇ ਫਾਰਮੈਲਟੀ ਕਰਦੇ ਤੜਕੇ ਹਾਂ ਠੀਕ ਹੈ ਜائیں ਘੇੜਾ ਦੇ ਕੇ ਬੱਕਰੀਆਂ ਗੋਲੇ ਮੋੜਿਆਂ ਦੇ ਤੇ ਕੱਖ ਫੋਣ ਵਾਲਾ ਕੋਈ ਹੋਰ ਹੂੰ ਉਵੇਂ ਤਾਂ ਘੰਟਾ ਵੀ ਨਹੀਂ ਲੱਗਦਾ ਪਾ 5 ਮਿੰਟਾਂ ਚ ਘੇੜਾ ਦੇ ਕੇ ਮੁੜ ਜੇ ਬੰਦਾ ਹਾਂ ਠੀਕ ਹੈ ਪਰ ਜਿਹੜੀ ਇਹ ਸਹੀ ਦੇਖ ਰੇਖ ਹੈ ਹੁਣ ਆਹ 3 ਨਾਗ ਮੇਰੇ ਕੋਲੇ 25 30 ਨਾਗ ਨੇ ਇਹ ਤਾਂ ਹੁਣ ਮੈਂ ġੇੜਾ ਦੇ ਕੇ ਮੁੰਡ ਨੇ ਕਿਹੜੀ ਨੂੰ ਬੰਨ ਪਿਆ ਪਿਸ਼ਾਬ ਦਾ ਕਿਹੜੀ ਨੂੰ ਮੀਂਗਣਾ ਨਹੀਂ ਆਉਂਦੀ ਕਿਸੇ ਨੂੰ ਬੁਖਾਰ ਚੜਿਆ ਉਹ ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਲੱਗਦਾ ਹਨ ਸਹੀ ਗੱਲ ਹੈ ਇੰਨੇ ਮਰੀਜ਼ ਦੇ ਚੈੱਕ ਕਰਨੇ ਹੁਣ ਡਾਕਟਰਾਂ ਆਥਨ ਤਾਂ ਹੀ ਕਰਦਾ ਤੇ ਘੰਟੇ 'ਚ ਤੁਸੀਂ ਇੰਨੀਆਂ ਚੈੱਕ ਕਰਕੇ ਕਿਵੇਂ ਮੁੜ ਜਾਓਗੇ ਜਿੱਥੇ-ਜਿੱਥੇ ਬੱਕਰੀਆਂ ਖੜੀਆਂ ਐ ਜਾਂ ਬੈਠੀਆਂ ਉੱਥੇ ਦੇਖੋ ਵੀ ਉੱਥੇ ਨੇ ਪਿਸ਼ਾਬ ਕਰਿਆ ਜਾਂ ਮੀਂਗਣਾ ਕਰੀਆਂ ਜਾਂ ਕੋਈ ਬੱਕਰੀ ਚੁੱਪ ਕਰੀ ਤਾਂ ਨਹੀਂ ਖੜੀ ਪਾਸੇ ਇਕੱਲਾ ਏਹੀ ਏਹੀ ਨਾ ਸੋਚੋ ਵੀ ਤੜਕੇ ਆਪਾਂ ਆ ਗਏ ਤੇ ਨੀਰਾ ਪਾ ਗਏ ਹੱਥ ਮਾਰ ਕੇ ਖੋਣੀਆਂ 'ਚ ਖਾ ਲੋ ਟੱਪ ਪਾਣੀ ਨਹੀਂ ਫਿਰ ਇਸ ਚੀਜ਼ ਦਾ ਹੌਸਲਾ ਤਾਂ ਹੋਇਆ ਹੋਊਗਾ ਵੀ ਡਾਕਟਰ ਦਵਾਈ ਗਿਆ ਯਾਰ ਮੈਂ ਬਚਾ ਲਿਆ ਹਾਂ ਹਾਂਜੀ ਹਾਂਜੀ ਇਸ ਗੱਲ ਤਾਂ ਮੈਂ ਉਹੀ ਗੱਲ ਕਰਦਾ ਜੀ ਵੀ ਕਈ ਵਾਰੀ ਨਾ ਵੀ ਆਪਾਂ ਐ ਗੱਲ ਨੂੰ ਆਪ ਦਾ ਲੁਕੋ ਜਨ ਵੀ ਹਰੇਕ ਮਾਮੂਲੀ ਦਵਾਈ ਹੈ ਨਾ ਜਿਹੜੀ ਆਪਾਂ ਆਪ ਦੀ ਬਣਾਉਂਦੇ ਨੇ ਜਿਹੜੀ ਆਪਾਂ ਕਹਿ ਦਿੰਨੇ ਵੀ ਅਰ ਦੇਸੀ ਬੀ ਉਹ ਉਹਨੂੰ ਵਰਤ ਕੇ ਜਰੂਰ ਦੇਖੋ ਹੋ ਸਕਦਾ ਆਪਾਂ ਨੂੰ ਅੰਗਰੇਜ਼ੀ ਤੱਕ ਪਹੁੰਚਣੀ ਨਾ ਪਵੇ ਤੇ ਕਈ ਵਾਰ ਜੇ ਤੁਹਾਡੇ ਕੋਲ ਕੋਈ ਮੇਮਣਾ ਜਾਂ ਕੋਈ ਕੁਝ ਐਂ ਫਾਰਮ ਵਧੀਆ ਬਣਾਇਆ ਹੋਇਆ ਏਰੀਆ ਬਹੁਤ ਵਧੀਆ ਕਰਿਆ ਹੋਇਆ ਤਕਰੀਬਨ ਸੈਕਡ ਸਕੁਅਰ ਆ ਸਾਰਾ ਵਧੀਆ ਬਣਾਇਆ ਹੋਇਆ ਹਾਂਜੀ ਕੋਈ ਬੱਚੇ ਵਗੈਰਾ ਵੀ ਮੰਗ ਲੈਂਦਾ ਉਹ ਫਿਰ ਉਹ ਤਾਂ ਪਰਚੇਜ਼ ਕਰਕੇ ਹੀ ਦਿੰਦੇ ਆਮੋਂਗੇ ਹਾਂਜੀ ਹੁਣ ਜਿਵੇਂ ਕਹਿੰਦੇ ਆ ਮਹੂਰਤ ਕਰ ਦਿਆਂਗੇ ਉਹ ਐਂ ਦਾ ਫਿਰ ਸੇਲ ਪਰਚੀਤਾ ਬੰਦੇ ਨੂੰ ਕਰਨੀ ਪੈਂਦੀ ਨਾਲ ਹਾਂਜੀ ਉਹ ਆਪਾਂ ਜੇ ਕਿਸੇ ਨੂੰ ਚਾਹੀਦਾ ਜੀ ਪਠਾ ਚਾਹੀਦੀਆਂ ਬੱਕਰੇ ਚਾਹੀਦੀਆਂ ਭਾਵੇਂ ਵੱਡਾ ਕੋਈ ਨਗ ਚਾਹੀਦਾ ਬੱਕਰੀ ਗੱਬ ਸਾਰੀਆਂ ਚੀਜ਼ੇ ਆਪਣੇ ਕੋਲ ਹੈਗੀਆਂ ਜੇ ਕੋਈ ਬੰਦਾ ਚਾਹਵਾਨ ਹੈਗਾ ਚਾਹੇ ਉਹ ਨਵਾਂ ਕੰਮ ਕਰਨਾ ਚਾਹੁੰਦਾ ਚਾਹੇ ਉਹ ਪੁਰਾਣਾ ਹੈ ਹੂੰ ਜੇ ਕਿਸੇ ਨੂੰ ਚਾਹੀਦੀ ਆਪਣੇ ਕੋਲੇ ਹੈਗੀਆਂ ਬੱਕਰੀਆਂ ਵਾਲਾ ਜਿਹੜੀ ਮਰਜੀ ਇਹਨਾਂ ਨੂੰ ਕੋਈ ਆ ਦੇ ਦੇ ਠੀਕ ਹੈ 12ਵੇਂ ਹੀ ਪਰਚੇਜ਼ ਕਰਕੇ ਦਿੰਦੇ ਹੋਮੋਂਗੇ ਜੇ ਹੁਣ ਹਾਂਜੀ 12ਵਾਂ ਮੰਨ ਲਓ ਵੀ ਜਿਵੇਂ ਹੁਣ ਕਿਸੇ ਨੂੰ ਲੋੜ ਹੈ ਵੀ ਕੋਈ ਨਵਾਂ ਬੰਦਾ ਕੋਈ ਵਿਚਾਰਾ ਟ੍ਰੇਨਿੰਗ ਲੈ ਕੇ ਜਾਂ ਕੋਈ ਤਜਰਬਾ ਪਹਿਲਾਂ ਕੀਤਾ ਹੋਇਆ ਨਵਾਂ ਕੰਮ ਕਰਨਾ ਚਾਹੁੰਦਾ ਹੈ ਚਾਹੇ ਉਹ ਪੱਠਾਂ ਤੇ ਸਟਾਰਟ ਕਰਨਾ ਚਾਹੁੰਦਾ ਜਾਂ ੱਡੋ ੱਡੀ ਬੰਦੇ ਦਾ ਮਨ ਹੁੰਦਾ ਕਿਸੇ ਕੋਲੇ ਸਮਾਂ ਘੱਟ ਹੁੰਦਾ ਵੀ ਚਲ ਯਾਰ ਪੱਠਾਂ ਨੇ ਫਿਰਦੀਆਂ ਰਹਿਣਗੀਆਂ ਆਪੇ ਹੌਲੀ ਹੌਲੀ ਰਲ ਜਾਣਗੀਆਂ ਪੱਠਾਂ ਤੇ ਕੰਮ ਕਰਨਾ ਨਹੀਂ ਜੇ ਵੀ ਕੰਮ ਕਰਦੀ ਕਈ ਵਾਰ ਹਾਂ ਜੀ ਕਈ ਵਾਰ ਪੈਸੀ ਆਪਾਂ 20000 ਹੋਂਦੇ ਕੋਲੇ ਹਾਂ ਜੀ ਚਾਰ ਪੱਠਾਂ ਲੈ ਕਈ ਵਾਰ ਬੰਦੇ ਕੋਲੇ ਨਹੀਂ ਦੇਦੇ ਕੀ ਦੋ ਚਾਰ ਠੀਕ ਹੈ ਜੀ ਓਵੇਂ ਠੀਕ ਹੈ ਮੰਨ ਲਓ ਜੇ ਹੁਣ ਇੱਕ ਗਰੀਬ ਬੰਦਾ ਉਹਨੇ ਨਾਲੇ ਤਾਂ ਆਪਦਾ ਮਨ ਪਰਚਾਵਾ ਕਰਨਾ ਹੈ ਮੈਂ ਫਾਰਮ ਬਣਾਉਣਾ ਹੈ ਹਾਂ ਹਨਾ ਨਾਲੇ ਉਹਦਾ ਜੇਬ ਨਹੀਂ ਕੰਮ ਕਰਦੀ ਹੁੰਦੀ ਦੋਨੇ ਗੱਲਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ ਨੇ 20000 ਦੇ ਵਿੱਚ ਜੇ ਆਪਾਂ ਬੱਕਰੀ ਲਾਵਾਂਗੇ ਤਾਂ ਇੱਕ ਆਊਗੀ। ਹੂੰ ਤੇ ਉਹ ਵੀ ਐ ਨਹੀਂ ਪਤਾ ਵੀ ਗਾਹਾਂ ਕੋਈ ਤੱਤੀਆਂ ਠੰਡੀਆਂ ਬਾਵਾਾਂ ਚ ਆ ਜੇ ਕਿਤੇ ਗਰੀਬ ਆਦਮੀ ਮਥਾ ਕੋਈ 20000 ਰੁਪਏ ਇਕੱਠਾ ਕਰਦਾ ਕਿਸੇ ਪਾਸੇ ਕੋਈ ਝੋਨਾ ਲਾਇਆ ਜਾ ਉਹਨੇ ਕੋਈ ਨਰਮੀ ਦੇ 2 ਰੁਪਏ ਬਣਾਏ ਆ ਉਹ ਵਿਚਾਰੇ ਦਾ ਦਿਲ ਟੁੱਟ ਜੇ ਮੁੜ ਕੇ ਜੋ 5-5000 ਵਾਲੀਆਂ ਚਾਰ ਪੱਠਾਂ ਲੈ ਕੇ ਕੰਮ ਕਰਦਾ ਚਾਹੁੰਦਾ ਹੈ ਹੂੰ ਤਾਂ ਚਲੋ ਮਤਲਬ ਵੀ 6 ਮਹੀਨਿਆਂ ਦੇ ਵਿੱਚ ਉਹ ਆਪ ਦਾ ਗਾਹਾਂ ਕੋਈ ਵਾਅਦਾ ਦੇਣ ਵਾਲੀਆਂ ਹੋ ਜਾਣੀਆਂ ਇਹਨਾਂ ਨੂੰ ਉਹਦਾ ਹੌਸਲਾ ਪੈ ਜਾਊਗਾ ਜੇ ਉਹਦੇ 'ਚ ਕੋਈ ਬੱਕਰੇ ਹੋਣਗੇ ਉਹ ਇਹਦੇ ਭਾਅ ਦੇ ਵੇਚ ਲੈ ਜੇ ਕੋਈ ਪੱਠਾ ਹੋਈਆਂ ਉਹਨਾਂ ਨੂੰ ਨਾਲ ਰਲਾ ਲੈ ਠੀਕ ਹੈ ਉਹਵੇਂ ਵੀ ਕੰਮ ਵਧੀਆ ਆਪ ਦਾ ਹੌਲੀ ਹੌਲੀ ਵਧਾ ਸਕਦਾ ਹੈ ਗਾਹਾਂ ਹੂੰ ਹੂੰ ਤੇ ਜੇ ਉਹ ਲੋੜ ਹੋਵੇ ਕਿਸੇ ਦੇ ਆਪਾਂ ਨੂੰ ਬਾਹਰੋਂ ਜੇ ਕੋਈ ਪੱਠਾ ਲੈ ਕੇ ਦੇਣੀਆਂ ਜਾਂ ਕੋਈ ਆਪਾਂ ਆਪਣੇ ਕੋਲੋਂ ਲੈਣੀਆਂ ਉਹ ਜੇ ਆਪਾਂ ਕਰਾ ਦੇਗੇ ਕੋਈ ਚੱਕਰ ਵਾਲੀ ਗੱਲ ਨਹੀਂ ਬੱਕਰੀਆਂ ਚਾਹੀਦੀਆਂ ਚਾਹੇ ਪੱਠਾ ਚਾਹੀਦੀਆਂ ਬਾਹਰੋਂ ਵੀ ਲੈ ਕੇ ਦੇ ਦਾਂਗੇ ਕੋਲੋਂ ਵੀ ਦੇ ਦਾਂਗੇ ਕੋਲੋਂ ਵੀ ਹਾਂਜੀ ਉਹ ਕਰਨਾ ਪੈਂਦਾ ਨਾ ਕਿਉਂਕਿ ਜੋ ਵੀ ਕੰਮ ਕਰਦਾ ਉਹਨੂੰ ਕਰਨਾ ਪ ਤੇ ਹੁਣ ਅਖੀਰ ਦੇ ਵਿੱਚ ਤਾਂ ਇਹ ਕੋਈ ਕਹਿਣਾ ਚਾਹੁੰਦੇ ਆਂਗੇ ਵੀ ਕਿੱਤੇ ਦੇ ਵਿੱਚ ਲਗਾਤਾਰ ਅਸੀਂ ਤਾਂ ਦੁਆਵਾ ਕਹਿੰਦੇ ਆਂ ਭਾਈ ਦਿਨਿਆਂਗੇ ਵੀ ਬਣੇ ਰਹੋ ਆ ਨਾ ਚਾਹੇ ਘਟਨਾ ਨਾ ਰਖ ਲੋ ਬਾਕੀ ਤੁਸੀਂ ਆਪਦੇ ਤਜਰਬੇ ਚ ਦੱਸ ਹੀ ਦਿੱਤਾ ਵੀ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਕੁਝ ਹੋਰ ਖਾਸ ਗੱਲਬਾਤ ਹੈਗੀ ਜਿਹੜੀ ਕਹਿਣੀ ਚਾਹੁੰਦੇ ਹਾਂ ਕਾਸ ਗੱਲਬਾਤ ਤਾਂ ਬਸ ਮੈਂ ਇਹੀ ਕਹਿਣਾ ਚਾਹੁੰਨਾ ਜੀ ਦੇਖ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਵੇਂ ਆਪਾਂ ਕਹਿਦਨੇ ਆਂ ਵੀ ਗੱਲਾਂ ਤੇ ਵੀ ਬੱਕਰੀ ਸੂਪੀ ਬੱਚੇ ਵੇਚ ਤੇ ਫਰੀ ਹੋ ਗਈ ਹੈ ਨਾ ਵੀ ਐਡਾ ਛੇਤੀ ਬੰਦਾ ਜਜਵਾਤੀ ਹੋ ਕੇ ਕੋਈ ਫੈਸਲਾ ਨਾ ਲਿਆ ਕਰੋ ਹਾਂ ਵੀ ਕਈ ਵਾਰੀ ਕਿਉਂਕਿ ਇਹ ਕੰਮ ਐ ਇਹੋ ਜਿਹੇ ਹੁੰਦੇ ਆ ਜੀ ਜਿਵੇਂ ਮੰਨ ਲਓ ਵੀ ਹੁਣ 10 ਬੰਦੇ ਆ ਜਿਵੇਂ ਆਪਾਂ 10 ਬੰਦਿਆਂ ਨੇ 8 ਬੰਦਿਆਂ ਨੇ ਬੱਕਰੀਆਂ ਰੱਖ ਲਈਆਂ ਤੇ ਉਹਦੇ ਚੋਂ ਦੋ ਆ ਜਿਹੜੇ ਉਹ ਚਿਹੜਾ ਕਰਨ ਵਾਲੇ ਉਹਨਾਂ ਨੂੰ ਵੀ ਯਾਰ ਸਾਡੇ ਨਾਲ ਹੀ ਰਲੋਂਗੇ ਥੋੜਾ ਟਾਈਮ ਹੀ ਤੁਸੀਂ ਖੜਜੋ ਹਨਾ ਹਾਂ ਹਾਂ ਤੇ ਉਹ ਉਸ ਤੋਂ ਬਾਅਦ ਉਹੀ ਗੱਲ ਹੋ ਜੇ ਮਗਰ ਉਹ ਫਿਰ ਅੱਠ ਵੀ ਛੱਡ ਕੇ ਭੱਜ ਜਾਣ ਤੇ ਉਹ ਉਹਦੇ ਚ ਬੇਇੱਜ਼ਤੀ ਵਾਲੀ ਗੱਲ ਹੈ ਵੀ ਜਿਹੜਾ ਬੰਦਾ ਕਰਦਾ ਤਾਂ ਉਹ ਪੱਕੇ ਪੈਰਾਂ ਤੇ ਹੋ ਕੇ ਕਰੇ ਇਹ ਕਈ ਵਾਰੀ ਬੰਦੇ ਹੁੰਦੇ ਆ ਕਿ ਯਾਰ ਉਹ ਡਰਾਉਂਦੇ ਵੱਧ ਨੇ ਡਰਾਉਣ ਵਾਲੀ ਗੱਲ ਨਹੀਂ ਮੈਂ ਖੁਦ ਕੰਮ ਕਰੀ ਬੈਠਾ ਹਾਂ ਡਰਾਉਣ ਵਾਲੀ ਗੱਲ ਨਹੀਂ ਮੇਰਾ ਮਤਲਬ ਮੂਰਲੇ ਬੰਦੇ ਨੂੰ ਪੂਰਾ ਪੱਕਾ ਕਰਨਾ ਵੀ ਮਨ ਬਣਾ ਕੇ ਕੰਮ ਕਰੋ ਜਦੋਂ ਆਪਾਂ ਕੋਈ ਕੰਮ ਕਰਕੇ ਪਤਾ ਕੀ ਹੈ ਭਾਈ ਉਹ ਦੂਜੇ ਦਿਨ ਚੈਨਲ ਤੇ ਵੀਡੀਓ ਪਾ ਦਿੰਦਾ ਜੇ ਹੁਣ ਆਪ ਤੁਹਾਡੇ ਤੇ ਲਾ ਲਓ ਤੁਸੀਂ ਇੰਨੀ ਮਿਹਨਤ ਕਰਦੇ ਹੋ ਮੁੱਲਾ ਪਰ ਤੱਕਰ ਲਾ ਲਓ ਸਾਰੀਆਂ ਮੰਡੀਆਂ ਦੇ ਉੱਤੇ ਜਾਣੇ ਹੋ ਪਹਿਲਾਂ ਵੀ ਬੱਕਰੀਆਂ ਪ੍ਰਮੋਟ ਕਰਕੇ ਤੁਸੀਂ ਇਸ ਧੰਦੇ ਨੂੰ ਅੱਗੇ ਲੈ ਕੇ ਆਏ ਹੋ ਹਨ ਜੇ ਫਾਰਮ ਖੁੱਲਣਗੇ ਮੰਡੀਆਂ ਲੱਗਣਗੀਆਂ ਤਾਂ ਹੀ ਆਪਣੀ ਸਾਰਿਆਂ ਦੀ ਰੋਟੀ ਚੱਲੂਗੀ ਹਨਾ ਉਹਦੇ ਵਿੱਚ ਵੀਡੀਓ ਤੁਸੀਂ ਵੀ ਫੇਰ ਹੀ ਬਣਾਓਗੇ ਬੱਕਰੀਆਂ ਨੇ ਜਾ ਕੇ ਜਦੋਂ ਬੱਕਰੀਆਂ ਹੀ ਖਤਮ ਹੋ ਗਈਆਂ ਤੇ ਮੇਰੇ ਵਰਗੇ ਨੇ ਸਭ ਨੇ ਵੇਚ ਦਿੱਤੀਆਂ ਤਾਂ ਨਾ ਤੁੜੀ ਮੁੜ ਕੇ ਬਣਾ ਲਈ ਹੁਣ ਤੇ ਹੋ ਸਕਦਾ ਆਪਣੀ ਮੁਲਾਕਾਤ ਕਿੱਥੇ ਹੋਵੇ ਹਨਾ ਤੇ ਧੰਦਾ ਸਾਰਿਆਂ ਦਾ ਗੇਮ ਹੈ ਇੱਕ ਸਰਕਲ ਜੁੜਿਆ ਹੋਇਆ ਇੱਕ ਦੂਜੇ ਦੇ ਨਾਲ ਆਪਣਾ ਵੀ ਉਹ ਉਹਨੂੰ ਪੱਕਾ ਕਰਨ ਵਾਸਤੇ ਪੱਕੇ ਪੈਰਾਂ ਤੇ ਕੰਮ ਕਰੋ ਕਿਸੇ ਦੇ ਮਗਰ ਲੱਗ ਕੇ ਛੇਤੀ ਫੈਸਲਾ ਨਾ ਲਿਆ ਕਰੋ ਵੀ ਯਾਰ ਫਲਾਨਾ ਕਹਿੰਦਾ ਮੈਂ 10 ਬੱਕਰੀਆਂ ਲਾਈਆਂ ਸੀਗੀਆਂ ਤੇ ਮੈਂ ਤਾਂ 2 ਲੱਖ ਬਣਾਤਾ ਸਾਲ 'ਚ ਐਡਾ ਵੱਡਾ ਹਾਂ ਹਾਂ ਟੇਵਾਰ ਬਹੁਤ ਜ਼ਿਆਦਾ ਲੱਖ ਰੁਪਏ ਸੈਡਾਂ ਤੇ ਲਾ ਦਿੰਦੇ ਆ ਐਡਾ ਵੱਡਾ ਵੀ ਕੰਮ ਨਹੀਂ ਹੈਗਾ ਵੀ ਬੰਦਾ ਸਾਲ ਦੇ ਵਿੱਚ ਕਹਦੇ ਮੈਂ ਤਾਂ 2 ਲੱਖ ੜਾਤਾ ਜੇ 2 ਲੱਖ ਐਂ ਹੀ ਸਾਲ ਦਾ ਬਣਦਾ ਹੋਵੇ ਨਾ ਤਾਂ ਫਿਰ ਮੈਨੂੰ ਐਂ ਸ਼ੱਕ ਲੱਗਦਾ ਵੀ ਸਾਰੇ ਪੰਜਾਬ ਦੇ ਵਿੱਚ ਬੱਕਰੀਆਂ ਰੱਖ ਲੈਣਗੇ ਕਦੇ ਕਿਸੇ ਬਗਾਨ ਦੇ ਬੰਦੇ ਤੇ ਤਾਂ ਨਹੀਂ ਕੰਮ ਛੱਡਿਆ ਵੀ ਉਹਨੂੰ ਲੈ ਕੇ ਦੇ ਬਗਾਨ ਦੇ ਬੰਦੇ ਤੇ ਜੀ ਹੁਣ ਛੱਡਣਾ ਤਾਂ ਚਾਹੀਦਾ ਨਹੀਂ ਵੈਸੇ ਹਾਂ ਤੇ ਛੱਡ ਕੇ ਵੀ ਦੇਖਿਆ ਪਰ ਕੋਈ ਫਾਇਦੇ ਵਾਲੀ ਗੱਲ ਨਹੀਂ ਠੀਕ ਹੈ ਹਾਂ ਜੀ ਕਿਉਂਕਿ ਕੰਮ ਜਦੋਂ ਕੋਈ ਵੀ ਕਰਦਾ ਤੁਸੀਂ ਜੇ ਤੁਸੀਂ ਆਪ ਕਰਦੇ ਇੱਕ ਹੋਰ ਹੈ ਜੀ ਗੱਲ ਤੁਹਾਨੂੰ ਦੱਸਣਯੋਗ ਹੈ ਮੰਨ ਲਓ ਵੀ ਤੁਸੀਂ ਤਾਂ ਸਾਡੇ ਨਾਲੋਂ ਜ਼ਿਆਦਾ ਹੋ ਇਹ ਜਾਨਵਰ ਇੱਕ ਇਹੋ ਜਿਹੀ ਚੀਜ਼ ਹੈ ਜੇ ਤੁਸੀਂ ਇਹਦੇ ਵਿੱਚ ਭਾਵੇਂ ਤੁਸੀਂ ਖਾਲੀ ਫਿਰਦੇ ਰਹੋ ਕੋਈ ਚੱਕਰ ਵਾਲੀ ਗੱਲ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਮਾਲਕ ਸਾਡੇ 'ਚ ਫਿਰਦਾ ਹੈਗਾ ਹੂੰ ਤੇ ਜਦੋਂ ਦੂਜਾ ਬੰਦਾ ਫਿਰਦਾ ਹੋਇਆ ਕੋਲੇ ਇਹਦੇ ਮਨ ਲਾ ਵੀ ਇਹਨਾਂ ਨੂੰ ਕੁਝ ਮਰਜ਼ੀ ਪਾਈ ਜਾਏ ਉਹ ਇਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਇਹ ਸਾਡਾ ਮਾਲਕ ਕਿਹੜਾ ਹੈ ਤੇ ਕਿਹੜਾ ਸਾਡਾ ਮੰਨ ਕੇ ਚੱਲਿਆ ਇੱਕ ਫਾਰਮੈਲਟੀਆਂ ਕਰਨ ਵਾਲਾ ਹੈ ਜੀ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਇਹ ਉਹਨਾਂ ਜਿੰਨਾ ਪਿਆਰ ਭਾਲ ਦਿੰਦਿਆਂ ਨੇ ਉਹਦੋਂ ਖਾਦ ਖਰਾਕ ਦੋ ਤੁਸੀਂ ਮੰਨਦੀ ਘੱਟ ਭਾਲ ਦਿੰਦੀ ਪਿਆਰੇ ਵੱਧ ਭਾਲ ਦਿੰਦੀ ਪਾਈ ਜਿੰਨਾ ਚਿਰ ਤੁਸੀਂ ਮਰਜ਼ੀ ਜਾਓ ਇਹ ਨਾ ਹੋਵੇ ਕਿ ਦੋ ਘੰਟੇ ਬਾਅਦ ਇਹਨਾਂ ਨੂੰ ਮਗਰੋਂ ਡੰਡਿਆਂ ਨਾਲ ਕੁੱਟਣ ਲੱਗ ਜਾਈਓ ਜਿਹੜਾ ਖਾਦਾ ਹੁੰਦਾ ਵਿਚਾਰਿਆਂ ਦਾ ਫਿਰ ਉਹ ਉਹ ਵੀ ਕੱਢ ਦੋ ਤੇ ਉਹਦਾ ਕੋਈ ਫਾਇਦਾ ਨਹੀਂ ਸਹੀ ਗੱਲ ਵੀ ਰੱਖਣਾ ਪਿਆਰ ਨਾਲ ਰੱਖੋ ਵਧੀਆ ਹਾਂ ਹਾਂ ਪ੍ਰੋਫਿਟ ਵਾਲੀ ਗੱਲ ਹੈ ਜਿਹੜੀ ਉਹ ਕੁਛ ਤੁਹਾਡੇ ਕਰਮਾਂ ਤੇ ਵੀ ਡਿਪੈਂਡ ਕਰਦਾ ਕੁਛ ਤੁਹਾਡੀ ਮਿਹਨਤ ਤੇ ਵੀ ਕਰਦਾ ਕੁਛ ਤੁਹਾਡੇ ਤਜਰਬੇ ਤੇ ਵੀ ਕਰਦਾ ਠੀਕ ਹੈ ਮੈਂ ਤਾਂ ਹੋਵੇ ਨਾ ਵਿਚਾਰ ਬੱਕਰੀਆਂ ਲੈ ਕੇ ਤੇ ਆਪ ਮੈਂ ਵਾਗਿਆ ਮੰਨ ਲਓ ਵੀ ਉੱਥੇ ਨਾਉਣ ਤੇ ਹਮਗੁੰਡ ਸਾਹਿਬ ਤੇ ਮੈਂ 15 ਦਿਨ ਬਾਅਦ ਆਇਆ ਹੁੰਦੇ ਨੇ ਬੁੜੀਆਂ ਕਹਿਣ ਵੀ ਦੋ ਬੱਕਰੀਆਂ ਤਾਂ ਮਰ ਗਈਆਂ ਦੋ ਰਹਿ ਗਈਆਂ ਉਹ ਦਿਨੋਂ ਤਾਂ ਫਾਰਮ ਨਾ ਕਰੋ ਮੇਰੇ ਸਾਬ ਚ ਫਾਇਦੇ ਕਿਉਂਕਿ ਹਰ ਵਕਤ ਕੋਲੇ ਭਾਲਦੀਆਂ ਇਹ ਹਾਂ ਇੱਕ ਵਿੱਚ 22 ਜਦੋਂ ਕੋਈ ਸਮਝਾਉਣ ਵਾਲੇ ਹੁੰਦੇ ਨਾ ਉਹ ਕੀ ਕਰਦੇ ਕਹਿੰਦੇ ਵੀ ਤੜਕੇ ਫਾਰਮ 'ਚ ਘੰਟਾ ਲਾਓ ਤੇ ਹੱਥ ਨੇ ਘੰਟਾ ਲਾਓ ਠੀਕ ਹੈ ਤੇ ਕੰਮ ਫਿਰੀ ਹੈ ਠੀਕ ਹੈ ਫਿਰ ਜਾ ਤਾਂ ਭਾਈ ਉਹ ਬੰਦੇ ਫਾਰਮੈਲਟੀ ਕਰਦੇ ਤੜਕੇ ਅਹ ਠੀਕ ਹੈ ਜਿਵੇਂ ਗੇੜਾ ਦੇ ਕੇ ਬੱਕਰੀਆਂ ਗੋਲੇ ਮੋੜਿਆਂ ਦੇ ਤੇ ਕੱਖ ਫਾਉਣ ਵਾਲਾ ਕੋਈ ਹੋਰ ਹੈ ਹੂੰ ਉਵੇਂ ਤਾਂ ਘੰਟਾ ਵੀ ਨਹੀਂ ਲੱਗਦਾ ਪਾ 5 ਮਿੰਟਾਂ 'ਚ ਗੇੜਾ ਦੇ ਕੇ ਮੁੜ ਜੇ ਬੰਦਾ ਹਨਾ ਠੀਕ ਹੈ ਪਰ ਜਿਹੜੀ ਇਹ ਸਹੀ ਦੇਖ ਰੇਖ ਹੈ ਹੁਣ ਆ 30 ਨਗ ਮੇਰੇ ਕੋਲੇ 25 30 ਨਗ ਨੇ ਹੂੰ ਜੇ ਤਾਂ ਹੁਣ ਮੈਂ ġੇੜਾ ਦੇ ਕੇ ਮੋੜਨਾ ਕਿਹੜੀ ਨੂੰ ਬੰਨ ਪਿਆ ਪਿਸ਼ਾਬ ਦਾ ਕਿਹੜੀ ਨੂੰ ਮਿੰਗਣਾ ਨਹੀਂ ਆਉਂਦੀ ਕਿਸੇ ਨੂੰ ਬੁਖਾਰ ਚੜਿਆ ਉਹ ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਲੱਗਦਾ ਹਨਾ ਸਹੀ ਗੱਲ ਐਨੇ ਮਰੀਜ਼ ਦੇ ਚੈੱਕ ਕਰਨੇ ਹੁਣ ਡਾਕਟਰ ਤਾਂ ਆਥਨ ਤਾਂ ਹੀ ਕਰਦਾ ਤੇ ਘੰਟੇ 'ਚ ਤੁਸੀਂ ਇੰਨੀਆਂ ਚੈੱਕ ਕਰਕੇ ਕਿਵੇਂ ਮੁਰਜੋਗੇ ਜਿੱਥੇ-ਜਿੱਥੇ ਬੱਕਰੀਆਂ ਖੜੀਆਂ ਐ ਜਾਂ ਬੈਠੀਆਂ ਉੱਥੇ ਦੇਖੋ ਵੀ ਉੱਥੇ ਨੇ ਪਿਸ਼ਾਬ ਕਰਿਆ ਜਾਂ ਮਿੰਗਣਾ ਕਰੀਆਂ ਜਾਂ ਕੋਈ ਬੱਕਰੀ ਚੁੱਪ ਕਰੀ ਤਾਂ ਨਹੀਂ ਖੜੀ ਪਾਸੇ ਇਕੱਲਾ ਏਹੀ ਏਹੀ ਨਾ ਸੋਚੋ ਵੀ ਤੜਕੇ ਆਪਾਂ ਆ ਗਏ ਤੇ ਨੀਰਾ ਪਾ ਗਏ ਹੱਥ ਮਾਰ ਕੇ ਖੁੰਡੀਆਂ 'ਚ ਖਾ ਲੋ ਟੱਪ ਪਾਣੀ ਦਾ ਪਰ ਤੇ ਇਹ ਤਾਂ ਫਾਰਮੈਲਟੀ ਹੋ ਗਈ ਨਾ ਇਹ ਤਾਂ ਫਾਰਮੈਲਟੀ ਹੈ ਠੀਕ ਹੈ ਜੇ ਪ੍ਰੋਪਰ ਇਹਨਾਂ ਦੀ ਦੇਖ ਰਹਿਖ ਕਰਨੀ ਤਾਂ ਗੱਲਾਂ ਦੇ ਕਿੜਾ ਚ ਨਾਓ ਗੱਲਾਂ ਦੇ ਕਿੜਾ ਚ ਨਾਓ ਇਹ ਨਾ ਸੋਚੋ ਵੀ ਤੜਕੇ 6 ਵਜੇ ਉੱਠ ਕੇ ਜਿਹੜਾ ਬੰਦਾ ਕੋਈ ਮੇਰੇ ਵਰਗਾ ਚੱਲਾ ਆਪਣੀ ਜੇ ਉਹ ਸਵੇਰੇ ਸ਼ਾਮ 2 ਘੰਟੇ ਵਾਲਾ ਆ ਆਫਿਸ ਤੋਂ ਬਾਅਦ ਜਿਹੜੇ ਤਾਂ ਮੰਨ ਲਓ ਵੀ ਐਂ ਦੇਖਦੇ ਆ ਵੀ ਆਪਾਂ ਉਦੋਂ ਬਾਅਦ ਮੌਜ ਨਾਲ ਜਿੰਮ ਤੇ ਜਾਵਾਂਗੇ ਜਾਂ ਕੋਈ ਕਹਿੰਦਾ ਮੈਂ ਦਿਹਾੜੀ ਤੇ ਵਗ ਜੂ ਜਾਂ ਕੋਈ ਕਹਿੰਦਾ ਆਪਾਂ ਉਦੋਂ ਬਾਅਦ ਜੋਬ ਦੇ ਵਗ ਜਾਾਂਗੇ ਆਪ ਦਾ ਜਿਹੇ ਜਿਹਾ ਵੀ ਕੋਈ ਕੰਮ ਕਰਦਾ ਉਹ ਫਿਰ ਉਹਵੇਂ ਤਾਂ ਕੰਮ ਕਰ ਸਕਦਾ ਵੀ ਜਾਂ ਤਾਂ ਬੰਦਾ ਰੱਖਿਆ ਹੋਏ ਭਈ ਜਿਹੜੇ ਜਾਇ ਜੀ ਉਹ ਇਹ ਕਹਿੰਦਾ ਮੈਨੂੰ ਤਾਂ ਇਸ ਗੱਲ 'ਚ ਪਤਾ ਨਹੀਂ ਪਈ ਮੈਂਰੀ ਕੋਈ ਸਾਹਮਣ 'ਚ ਫਰਕ ਹੈ ਵੀ ਮੈਂ ਵੱਧ ਸਮਝਾਈ ਕਰਦਾ ਮੈਂ ਜਾਂ ਘੱਟ ਕਰਦਾ ਮੈਨੂੰ ਨਹੀਂ ਪਤਾ ਵੀ ਮੈਥੋਂ ਦਾ 4 ਘੰਟੇ ਕੰਮ ਇਹਨਾਂ ਦਾ ਤੜਕੇ ਤੇ 4 ਘੰਟੇ ਆਥਣੇ ਲੱਗਦੇ ਆ 2 ਘੰਟੀ ਟਾਈਮ ਨਿਕਲਦਾ ਦਿਨੇ ਰੈਸਟ ਕਰਨ ਵਾਸਤੇ ਠੀਕ ਹੈ ਤੇ ਹੁਣ ਉਹ ਦੇਖੋ ਜੀ ਪਤਾ ਨਹੀਂ ਤਾਂ ਮੈਂ ਇਹਨਾਂ ਦੇ ਸਕੈਨ ਕਰੀ ਜੰਨਾ ਠੀਕ ਹੈ ਜਾਂ ਕੋਈ ਹੋਰ ਦੀ ਕਰਦਾ ਇਹ ਮੈਨੂੰ ਨਹੀਂ ਪਤਾ ਠੀਕ ਹੈ ਚਲੋ ਜੇ ਕਿਸੇ ਨੰ ਮੁੰਨੇ ਰਾਇ ਲੈਣੀ ਹੋਊ ਉਹਨੂੰ ਮਦਦ ਕਰੂੰਗੀ ਹਾਂਜੀ ਜਹੇ ਜੀ ਆਪਾਂ ਨੂੰ ਦੇਖ ਜਿੰਨਾ ਕਿ ਤਜਰਬਾ ਆਪਾਂ ਨੂੰ ਆਉਂਦਾ ਜਿਹਾ ਆਪਾਂ ਹੰਡਾ ਲਿਆ ਆਪਦੇ ਮਾਮਲੇ ਹਾਂ ਹਾਂਜੀ ਉਹਨੀ ਕੀ ਰਾਇ ਵੀ ਦੇਵਾਂਗੇ ਜਹੇ ਜੀ ਉਹਨੂੰ ਚੀਜ਼ ਦੀ ਜ਼ਰੂਰਤ ਹੈ ਉਹਦੀ ਸਪੋਰਟ ਵੀ ਕਰਾਂਗੇ ਕੋਈ ਜਿੱਕਰ ਵਾਲੀ ਗੱਲ ਨਹੀਂ ਜਿਹੜੀਆਂ ਇਹਨਾਂ ਦੇ ਵਿੱਚ ਪ੍ਰੋਬਲਮਾਂ ਆਈਆਂ ਉਹ ਸੋਲਵ ਹੋਈਆਂ ਜੇ ਕਿਸੇ ਨੂੰ ਬਿਮਾਰੀ ਆਈ ਉਹ ਸੋਲਵ ਹੋਈ ਹਾਂਜੀ ਮੰਨ ਲਓ ਵੀ ਜੇ ਤਾਂ ਆਪਾਂ ਪ੍ਰੋਪਰ ਤੁਰਤ ਗੌਰ ਕਰ ਲਈਏ ਆਪਾਂ ਇਹਦੀ ਹਨਾ ਜਿਵੇਂ ਉਹੀ ਗੱਲ ਮੈਂ ਤਾਂ ਕਰਦਾ ਨਾ ਵੀ ਜਿਹੜਾ ਘੰਟੇ ਵਾਲੀ ਗੱਲ ਨਵੇੜਦੇ ਆ ਘੰਟੇ 'ਚ ਹੁਣ ਇਹਨਾਂ ਦੇ ਐਕਸਰੇ ਤਾਂ ਆਪਾਂ ਕਰਕੇ ਲੈ ਜਾ ਨਹੀਂ ਸਕਦੇ ਹਨਾ ਤੀਬ ਕਰਿਆਂ ਨੇ ਉੱਥੇ ਵਾਰਚੋਂ ਖੜਕੇ ਮੁੜ ਜੂਗਾ ਹੁਣ ਇੱਥੇ ਇੱਕ ਦਰਦ ਨਾਲ ਲਿਟੀ ਜਾਂਦੀ ਹੈ ਫਿਰ ਉਹਦਾ ਹੁਣ ਜੇ ਤੂੰ ਆਪ ਗੌਰ ਹੀ ਨਹੀਂ ਕੀਤੀ ਉਹਦਾ ਕੀ ਹੱਲ ਹੈ ਸਹੀ ਗੱਲ ਹੈ ਵੀ ਉਹ ਤੇ ਜੇ ਆਪਾਂ ਹੁਣ ਉਹਦੀ ਗੌਰ ਕਰ ਲਈ ਤੁਰਤ ਮੈਨੂੰ ਪਤਾ ਲੱਗ ਗਿਆ ਵੀ ਆਪਾਂ ਯਾਰ ਇਹਨਾਂ ਨੂੰ ਇਹ ਵੀ ਪਤਾ ਹੋਵੇ ਯਾਰ ਇਹਨੂੰ ਕਾਹਦੇ ਨਾਲ ਹੋ ਗਿਆ ਜਾਂ ਗਮਾਰੇ ਦਾ ਨੀਰਾ ਪਾਇਆ ਜਾਂ ਆਪਾਂ ਕਸਨੀ ਪਾਈ ਆ ਜਾਂ ਉਹਦੇ ਚ ਮੱਕੀ ਦਾ ਮੰਨ ਕੇ ਚੱਲ ਆਪਾਂ ਹਰਾ ਪਾਇਆ ਹੋ ਸਕਦਾ ਕੁਝ ਉਹਦੇ ਤੇ ਕੋਈ ਸੁੰਡੀ ਵਗੈਰਾ ਹੋਵੇ ਜਾਂ ਕੋਈ ਹਮ ਮਤਲਬ ਵੀ ਉਹਨੂੰ ਖਾਦ ਖਰਾਕ ਤੂੰ ਹੋਇਆ ਤਾਂ ਖਾਦ ਖਰਾਕ ਤੂੰ ਐ ਉਹਨੂੰ ਕੀ ਪ੍ਰੋਬਲਮ ਹੈ ਤਾਂ ਆਪਾਂ ਉਹਦੀ ਤੁਰਤ ਜੇ ਤਾਂ ਗੌਰ ਕਰ ਲਈ ਤਾਂ ਤਾਂ ਫਿਰ ਉਹ ਮਤਲਬ ਵੀ ਸੈੱਟ ਵੀ ਨਹੀਂ ਕੰਮ ਵਿਚਿਰ ਵੀ ਜਾਂਦਾ ਕਿਉਂਕਿ ਇਹ ਚੀਜ਼ ਦੇਲਬਾਲਾ ਛੇਤੀ ਛੱਡਦੀ ਹੈ ਹੂੰ बुखार ਹੋ ਜੇ ਜਾਂ ਕੋਈ ਇਹ ਉਹਦਾ ਮੰਨ ਲਈਦਾ ਜਿਗਰਾ ਨਹੀਂ ਹੈਗਾ ਵੀ ਇਹ ਉਹਨੂੰ ਸੈਨ ਕਰ ਸਕੇ ਤੇ ਬਿਮਾਰੀ ਨਾਲ ਘਟ ਤੇ ਡਰ ਨਾਲ ਵੱਧ ਮਰਦੀ ਹੈ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਠੀਕ ਹੈ ਤੇ ਜੇ ਦੀ ਹੱਥ ਫੇਰੀ ਰੱਖੋ ਪੂਰੀ ਗੌਰ ਰੱਖੋ ਤੇ ਇਹਨੂੰ ਹੌਸਲਾ ਆਇਆ ਰਹਿੰਦਾ ਹੈ ਮੇਰਾ ਇਲਾਜ ਹੋਈ ਜਾਂਦਾ ਹੈ ਤੇ ਅੱਧਾ ਤੇ ਇਹਦਾ ਹੱਥ ਫੇਰੀ ਨਾਲ ਹੀ ਜ਼ਿਆਦਾ ਬਿਮਾਰੀ ਦਾ ਇਲਾਜ ਬਿਮਾਰੀ ਦਾ ਇਲਾਜ ਹੋ ਜਾਂਦਾ ਹੈ ਬਾਕੀ ਜਿੰਨੀ ਕੋ ਹੁਣ ਆਪਾਂ ਨੂੰ ਇੰਨਾ ਕੁ ਤਾਂ ਪਤਾ ਹੀ ਹੁੰਦਾ ਵੀ ਇਹਨੂੰ ਮੋਕ ਲੱਗੀ ਹੈ ਜਾਂ ਬੁਖਾਰ ਹੋਇਆ ਜਾਂ ਇਹਨੂੰ ਕੋਈ ਹੋਰ ਪ੍ਰੋਬਲਮ ਹੈ ਦਵਾਈ ਤਾਂ ਦੇਖੋ ਉਹੀ ਲੱਗੂਗੀ ਹੁਣ ਮੋਕ ਵਾਲੀ ਥਾਂ ਤੇ ਬੁਖਾਰ ਦੀ ਤਾਂ ਜੇ ਆਪਾਂ ਸਹੀ ਇਹਦਾ ਟਰੀਟਮੈਂਟ ਕੀਤਾ ਤਾਂ ਤਕਰੀਬਨ ਮੇਰੇ ਕੋਲੋਂ ਹਰ ਤੱਕ ਬਿਮਾਰੀ ਵਾਲਾ ਤਾਂ ਕੋਈ ਮਤਲਬ ਉਹ ਜਿਹੜੇ ਹੋ ਗਏ ਅਟੈਕ ਨਾਲ ਹੋਏ ਆ ਦੇਖ ਅਟੈਕ ਦਾ ਤਾਂ ਨਹੀਂ ਤਾਂ ਡਾਕਟਰਾਂ ਕੋਲੇ ਇਲਾਜ ਆ ਕੋਈ ਬੰਦੇ ਵੀ ਮਰੀ ਜਾਂਦੇ ਆ ਜਿਹੜੀ ਦਵਾਈ ਥੋੜਾ ਜਿਹਾ ਬਿਮਾਰੀ ਕੋਈ ਦਿਨਾਂ ਦੇ ਵਿੱਚ ਹੁੰਦੀ ਆ ਵੀ 5-4 ਦਿਨ ਲੈਂਦੀ ਆ ਉਹਦਾ ਤਕਰੀਬਨ ਕੁਝ ਬੰਦਾ ਆਪਦਾ ਤਜਰਬੇ ਨਾਲ ਵੀ ਇਲਾਜ ਕਰ ਲੈਂਦਾ ਕੁਝ ਡਾਕਟਰ ਗਿਆ ਉਸਨੇ ਉਹ ਮੈਨੂੰ ਆਏ ਜੇ ਸ਼ੱਕ ਲੱਗਦਾ ਵੀ ਜੇ ਆਪਾਂ ਥੋੜਾ ਜਿਹਾ ਮੈਡੀਸਨ ਦੂਜੀ ਅੰਗਰੇਜ਼ੀ ਕੰਨੀਓ ਘਟਾ ਕੇ ਜੇ ਅਪ ਆਪਣਾ ਘਰੇਲੂ ਨੁਕਤੇ ਨਾਲ ਠੀਕ ਕਰਕੇ ਦੇਖੀਏ ਪਹਿਲਾਂ ਤਾਂ ਉਹਦੇ ਨਾਲ ਮੈਨੂੰ ਵਧੀਆ ਲੱਗਦਾ ਵੀ ਉਹ ਵੇਟਰ ਹੈ ਕਿਉਂਕਿ ਜਿਹੜਾ ਉਹ ਐਂਟੀਬਾਇਟ ਕਨਜੈਕਸ਼ਨ ਲੱਗਦੇ ਨੇ ਉਹ ਤਾਂ ਫਿਰ ਲਾਸਟ ਸਟੇਜ ਵਾਲੀ ਗੱਲ ਆ ਜੀ ਉਹ ਫਿਰ ਲੀਵਰ ਤੇ ਵੀ ਅਸਰ ਕਰਦੇ ਫਿਰ ਉਦੋਂ ਬਾਅਦ ਪਸ਼ੂ ਖਾਣਾ ਪੀਣਾ ਛੱਡ ਜਾਂਦਾ ਠੀਕ ਹੈ ਬਹੁਤ ਜ਼ਿਆਦੇ ਸਿਸ਼ਟ ਰਹੋਗੇ ਐਂਟੀਬਾਇਟ ਕਨੇ ਤੇ ਉਹ ਤਾਂ ਫਿਰ ਲਾਸਟ ਸਟੇਜ ਦੀਆਂ ਗੱਲਾਂ ਹੁਣ ਉਹ ਮੇਰੇ ਕੋਲੇ ਆ ਬੱਕਰਾ ਫਿਰਦਾ ਜੀ ਮੈਂ ਕੋਈ ਇਹ ਗਰੇਜ ਵੀ ਨਹੀਂ ਕਰਦਾ ਕਹਿਣ ਲੱਗਿਆ ਮੈਂ ਵੀਡੀਓ ਤੇ ਪਤਾ ਵੀ ਗੱਲ ਕਰੀ ਜਾਂਦਾ ਕਿਉਂਕਿ ਇਹ ਜੇ ਕੋ ਝੂਠ ਵੀ ਨਹੀਂ ਹੈਗਾ ਤੇ ਤੂੰ ਦੋ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਜੀ ਇਹਨੂੰ ਇਸ ਬੱਕਰੇ ਨੂੰ ਹਾਂਜੀ ਕੀ ਕਹਿੰਦੇ ਦੋ ਡਾਕਟਰ ਜੀ ਜਵਾਬ ਦਿੱਤਾ ਆਪਾਂ ਇਹ ਨਹੀਂ ਕਹਿੰਦੇ ਵਿਚਾਰੇ ਉਹ ਇਹਨੂੰ ਬਿਮਾਰੀ ਤਾਂ ਜੀ ਕੁਦਰਤੀ ਬੱਸ ਨਾ ਕਿ ਇਹਨੂੰ ਲੂਜ਼ ਮੋਸ਼ਨ ਹੀ ਨਹੀਂ ਹਟੇ ਮੋਕ ਮਾਲਾ ਇਹ ਕਹਿ ਸਕਦੇ ਆ ਬਾਥਰੂਮ ਤੇ ਮੋਕ ਦਾ ਪਤਾ ਨਹੀਂ ਲੱਗਦਾ ਸੀ ਪਾਣੀ ਆਉਂਦਾ ਸੀ ਦੋਨੇ ਕਿੰਨੇ ਸਮੇਂ ਪਹਿਲਾਂ ਦੀ ਗੱਲਾਂ ਇਹ ਹੋ ਗਿਆ ਜੀ ਤਕਰੀਬਨ 1.5 ਮਹੀਨਾ ਪਹਿਲਾਂ ਠੀਕ ਹੈ ਇਹਦਾ ਪੂਰਾ ਵਧੀਆ ਬੱਕਰਾ ਸੀਗਾ ਹੁਣ ਤਾਂ ਇਹਦੀ ਵੀਕਨੈਸ ਸੀ ਹੁਣ ਮੜਾ ਜਾ ਹੋਇਆ ਜੀ ਪਹਿਲਾਂ ਤੇਰੇ ਜੀ ਕੋਈ ਆਏ ਤੁਰੇ ਜਾਂਦੇ ਬੱਚਾ ਵਾਜ ਜਾਂਦਾ ਤਾਂ ਵੀ ਡਿੱਗ ਪੈਂਦਾ ਸੀ ਕਾਰਨ ਕੀ ਰਹਿ ਗਿਆ ਸੀ ਗੱਲਾਂ ਦੋ ਡਾਕਟਰਾਂ ਨੇ ਇਹਨੂੰ ਜਵਾਬ ਦਿੱਤਾ ਕਹਿੰਦੇ ਵੀ ਯਾਰ ਕਿਉਂ ਇਹਦਾ ਵਿਚਾਰੇ ਦਾ ਧਾਉਣਾ ਬਿੰਨੀਆਂ ਨੇ ਵੀ ਸਾਡੇ ਬਸ ਤੋਂ ਬਾਹਰ ਆ ਗੱਲ ਵੀ ਠੀਕ ਤਾਂ ਹੁੰਦਾ ਨਹੀਂ ਤੇ ਅੱਖਾਂ ਓੱਖਾਂ ਵਿੱਚ ਵੜ ਗਈਆਂ ਸੀ ਜੀ ਇਹਦੇ ਜਮਾ ਬਿਲਕੁਲ ਡੈਡੀ ਸੀਗਾ ਜੀ ਬਸ ਐਵੇਂ ਮਾਰ ਲਓ ਤੇ ਡਾਕਟਰਾਂ ਤੋਂ ਲਾਇਆ ਕਰਾਇਆ ਪੈਸੇ ਲਾਤੇ ਹਾਂਜੀ ਬੱਕਰਾ ਕਿਵੇਂ ਬਚਾਏ ਫਿਰ ਤੁਸੀਂ ਬੱਕਰਾ ਜੀ ਤਾਂ ਫਿਰ ਮੈਂ ਇੱਕ ਕੋਈ ਘਰੇ ਮੇਰੇ ਕੋਲੇ ਆਪ ਦਾ ਫਾਰਮੂਲਾ ਸੀਗਾ ਹੂੰ ਉਹ ਮੈਨੂੰ ਮੈਂ ਰੈਗੂਲਰ ਦਿੱਤਾ ਘੱਟੋ-ਘੱਟ 15 ਦਿਨ ਹੂੰ ਉਹਦੇ ਨਾਲ ਇਹ ਅੱਜ ਹੋਰ ਸਵੇਰੇ ਹੋਰ ਜੀ ਹੂੰ ਫਰਕ ਪੈ ਗਿਆ ਤੁਹਾਡੇ ਸਾਹਮਣੇ ਹੂੰ ਤੇ ਅੰਗਰੇਜ਼ੀ ਦਵਾਈ ਦਾ ਬੋਤਲ ਨਾਲ ਲਾ ਲਓ ਉਹਦੇ ਵਿੱਚ ਇੰਜੈਕਸ਼ਨ ਲਾ ਲਓ ਟੀਕੇ ਤਾਂ ਜੀ ਵਿਚਾਰੇ ਨੂੰ ਮੈਨੂੰ ਐ ਲੱਗਦਾ ਵੀ ਮੇਰੀ ਵੀ ਗਿਣਤੀ ਤੋਂ ਬਾਹਰ ਨਹੀਂ ਕੀ ਕੈਨੇ ਲੱਗੇ 100 150 ਇੰਜੈਕਸ਼ਨ ਇਹਦੇ ਲੱਗਿਆ ਡੇਲੀ ਦੇ 8 ਤੋਂ 10 ਟੀਕੇ ਡੇਲੀ ਲੱਗਦੇ ਸੀ ਇਹਦੇ ਤੇ ਪਰ ਨਹੀਂ ਫਿਰ ਇਸ ਚੀਜ਼ ਦਾ ਹੌਸਲਾ ਤਾਂ ਹੋਇਆ ਹੋਊਗਾ ਵੀ ਡਾਕਟਰ ਦਬਾਅ ਦੇ ਗਿਆ ਯਾਰ ਮੈਂ ਬਚਾ ਲਿਆ ਇਹਨੂੰ ਹਾਂਜੀ ਹਾਂਜੀ ਇਸ ਗੱਲ ਤਾਂ ਮੈਂ ਉਹੀ ਗੱਲ ਕਰਦਾ ਜੀ ਵੀ ਕਈ ਵਾਰੀ ਨਾ ਵੀ ਆਪਾਂ ਐ ਗੱਲ ਨੂੰ ਆਪ ਦਾ ਲੁਕੋ ਜਨ ਵੀ ਹਰੇਕ ਮਾਮੂਲੀ ਦਵਾਈ ਹੈ ਨਾ ਜਿਹੜੀ ਆਪਾਂ ਆਪ ਦੀ ਬਣਾਉਂਦੇ ਨੇ ਜਿਹੜੀ ਆਪਾਂ ਕਹਿ ਦਿੰਨੇ ਆਂ ਵੀ ਹਰ ਦੇਸੀ ਵੀ ਉਹ ਉਹਨੂੰ ਵਰਤ ਕੇ ਜਰੂਰ ਦੇਖੋ ਹੋ ਸਕਦਾ ਆਪ ਨੂੰ ਅੰਗਰੇਜ਼ੀ ਤੱਕ ਪਹੁੰਚਣੀ ਨਾ ਪਵੇ ਠੀਕ ਹੈ ਹੁਣ ਕਈ ਇੱਕ ਮੰਨ ਲਓ ਵੀ ਮੈਂ ਵਿੱਚ ਗੱਲ ਕਰਦਾ ਹੂ ਤਾਂ ਇਹ ਪੁਰਾਣਾ ਤਜਰਬਾ ਪਾ ਵੀ ਕਿਸੇ ਕੋਲੇ ਹੋਰੇ ਪਰ ਮੈਂ ਆਪਦੇ ਵੱਲੋਂ ਮੈਨੂੰ ਐ ਲੱਗਦਾ ਵੀ ਪਤ ਨਹੀਂ ਮੈਂ ਹੀ ਬਣਾਇਆ ਇਹ ਠੀਕ ਹੈ ਵੀ ਮੇਰੇ ਕੋਲ ਪਹਿਲਾਂ ਇੱਕ ਡਿੱਗ ਪੱਠ ਸੀਗੀ 7-8 ਮਹੀਨਿਆਂ ਦੀ ਨੂੰ ਮੋਕ ਲੱਗ ਗਈ ਹੂੰ ਤੇ ਉਹ ਬੰਦ ਨਹੀਂ ਹੋਈ ਜੀ ਜ਼ੋਰ ਲਾ ਲਈ ਹੂੰ ਤੇ ਉਸ ਤੋਂ ਬਾਅਦ ਮੈਨੂੰ ਘਰੇ ਕਹਿੰਦੇ ਵੀ ਮਤਲਬ ਵੀ ਮੇਰੀ ਨੂਹ ਕਹਿੰਦੀ ਕਹਿੰਦੀ ਡੈਡੀ ਇਹਨੂੰ ਉਹ ਦੇ ਦਿਓ ਦਹੀਂ ਦੇ ਵਿੱਚ ਹਲਦੀ ਲਾ ਕੇ ਤੇ ਸਰੋਂ ਦਾ ਤੇਲ ਲਾ ਕੇ ਮੈਂ ਪਾਵਰ ਜੈਲ ਤੋਂ ਲੈ ਕੇ ਇੰਜੈਕਸ਼ਨ ਸਭ ਕੁਝ ਕਰਾ ਕੇ ਦੇਖ ਲਿਆ ਨਹੀਂ ਬੰਦ ਹੋਇਆ ਹੂੰ ਮੈਨੂੰ ਵੀ ਇੰਨਾ ਉਦੋਂ ਪਤਾ ਨਹੀਂ ਸੀਗਾ ਮੈਂ ਖਾ ਉਹ ਤੋਂ ਵੀ ਖੱਟੇ ਨਾਲੋਂ ਜ਼ਿਆਦਾ ਹੀ ਨਿਕਤੇ ਹੋ ਜੋ ਕਹਿੰਦੀ ਵੀ ਨਹੀਂ ਤੁਸੀਂ ਦੇਖ ਕੇ ਦੇਖੋ ਮੈਂ ਦਹੀਂ ਤੇਲ ਤੇ ਹਲਦੀ ਤਿੰਨੇ ਚੀਜ਼ਾਂ ਦੋ ਟਾਈਮ ਰਲਾ ਕੇ ਦੇਤੀਆਂ ਤੀਜੇ ਦਿਨ ਵਧੀਆ ਮੰਨ ਕੇ ਚੱਲਾ ਓਕੇ ਦੀ ਰਿਪੋਰਟ ਹੋ ਗਈ ਠੀਕ ਹੈ ਇਹੀ ਹਾਂ ਇਹੀ ਜੀ ਤੇ ਉਹ ਕਈ ਵਾਰੀ ਫਾਰਮੂਲੇ ਆਪਾਂ ਨਾ ਉਹੀ ਦੇਣ ਤੋਂ ਡਰੀ ਜਾਂਦੇ ਵੀ ਔਰ ਇਹਦੇ ਨਾਲ ਆਇਆ ਨਾ ਹੋ ਜੇ ਆਇਆ ਨਾ ਹੋ ਜੇ ਦੇਸੀ ਦਵਾਈ ਜੇ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ ਠੀਕ ਹੈ ਕਿਉਂਕਿ ਹੁਣ ਤੇਲ ਹੈ ਜਿਹੜਾ ਹਲਦੀ ਹੈ ਹਲਦੀ ਲੀਵਰ ਨੂੰ ਫਾਇਦਾ ਕਰਦਾ ਹੈ ਜੀ ਹੱਤੇ ਮਾਲੋ ਵੀ ਦਹੀਂ ਹੋ ਗਈ ਉਹਦਾ ਕੋਈ ਡਰ ਨਹੀਂ ਹੈਗਾ ਸਰੋਂ ਦਾ ਤੇਲ ਹੈ ਉਹਦਾ ਕੋਈ ਡਰ ਨਹੀਂ ਆਪਾਂ ਕਿਹੜਾ ਕੋਈ ਮੈਡੀਸਨ ਜਿਹੜਾ ਹੁਣ ਮਾਲੋ ਵੀ ਉਹਦੇ ਚ ਵੇਟ ਤਾਂ ਸਾਰਾ 16 ਕਿਲੋ 15 ਕਿਲੋ ਰਹਿ ਗਿਆ ਸੀਗਾ ਉਹਦੇ ਤੇ ਐਂਟੀਬਾਇਟਿਕ ਐਡੇ ਭੇੜੇ ਭੇੜੇ ਇੰਜੈਕਸ਼ਨ ਲਾਇਆ ਆਪਾਂ ਨੇ ਕਹਿੰਦੇ ਵੀ ਕਿਉਂ ਲਾਏ ਡਾਕਟਰਾਂ ਨੇ ਵੀ ਤਾਂ ਵਿਚਾਰਿਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਹਨਾ ਚਲੋ ਉਹ ਤੇ ਕੰਮ ਹੀ ਨਹੀਂ ਕੀਤਾ ਜਦੋਂ ਕਿਸੇ ਇੰਜੈਕਸ਼ਨ ਨੇ ਫਿਰ ਉਹਨਾਂ ਨੇ ਵੀ ਤਾਂ ਵਿਚਾਰਿਆਂ ਨੇ ਅੱਕ ਕੇ ਕਹੀ ਦਿੱਤਾ ਵੀ ਚਲੋ ਯਾਰ ਵੀ ਕਿਉਂ ਇਹਦੀ ਆਪਾਂ ਵਿਚਾਰੇ ਤਾਂ ਹੁਣ ਬਿੰਨੀ ਆ ਵੀ ਇਹ ਬਚਦਾ ਤਾਂ ਹੈ ਹੀ ਨਹੀਂ ਤੋ ਦੂਦਾਰ ਮਾਰਾ ਇਹਨੇ ਦੀ ਵਧਾਈ ਸੀ ਕਿ ਮੇਰੇ ਕੋਲੇ ਇੱਕ ਫਾਰਮੂਲਾ ਪਿਆ ਸੀਗਾ ਮੈਂ ਉਹ ਦਿੱਤਾ ਤੇ ਉਹਦੇ ਨਾਲ ਸਹੀ ਹੋ ਗਿਆ ਪਰ ਉਹ ਕੋਈ ਗੱਲ ਨਹੀਂ ਸਾਂਝਾ ਕਰਾਂਗੇ ਉਹਦਾ ਆਪ ਦੱਸਾਂਗੇ ਵੀ ਕੀ ਦਿੱਤਾ ਟਾਈਮ ਆਉਣ ਵਾਲੇ ਸਮੇਂ ਤੇ ਰੱਖ ਦੇ ਦੋ ਮਾਰਾ ਸਮੇਂ ਤੇ ਹਾਂਜੀ ਇਹ ਪੂਰੀ ਗੱਲਬਾਤ ਕਰੀ ਇਹਦੇ ਲਈ ਅਸੀਂ ਧੰਨਵਾਦ ਵੀ ਕਰਦੇ ਆ ਕਿਉਂਕਿ ਬਈ ਐ ਆ ਗੱਲਬਾਤ ਸਰਪੰਚ ਸਾਹਿਬ ਕੋਲੇ ਤਾਂ ਖਜ਼ਾਨਾ ਕਿਉਂਕਿ ਜਿਹੜੇ ਬੰਦੇ ਨੇ ਸਰਪੰਚੀ ਕੀਤੀ ਹੋਵੇ ਰਾਜਨੀਤੀ ਕੀਤੀ ਹੋਵੇ ਉਹਦੇ ਕੋਲੇ ਗੱਲਾਂ ਦਾ ਭੰਡਾਰ ਤਾਂ ਹੁੰਦਾ ਹੀ ਆ ਠੀਕ ਆ ਨਾ ਤਜਰਬੇ ਹੁੰਦੀ ਨੇ ਹੁਣ 2 ਸਾਲ ਜੇ ਤੇ ਲਾਏ ਨੇ 3 ਸਾਲ 3 ਸਾਲ ਹੋ ਗਏ 3 ਸਾਲ ਜੇ ਤੇ ਲਾਏ ਨੇ ਤਾਂ 3 ਸਾਲਾਂ ਦੇ ਵਿੱਚ ਕੁਝ ਸਿੱਖਿਆ ਕੁਝ ਫਿਰ ਆਇਆ ਵੀ ਗੱਲਾਂ ਕਾਫੀ ਹੋ ਜਾਂਦੀਆਂ ਨੇ ਬੋਲਣ ਵਾਲੀਆਂ ਤੇ ਫੀਰ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਜੀ ਉਮੀਦ ਹੈ ਦੋਸਤੋ ਇਹ ਵੀਡੀਓ ਤੁਹਾਡੇ ਲਈ ਚੰਗੀ ਹੋਵੇਗੀ ਜਾਣਕਾਰੀ ਦੇ ਲਈ ਬਾਕੀ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਆ ਇਸ ਦੇ ਸੰਬੰਧ ਵਿੱਚ ਸਰਪੰਚ ਸਾਹਿਬ ਨਾਲ ਇੱਕ ਵਾਰੀ ਜ਼ਰੂਰ ਰਾਬਤਾ ਕਾਇਮ ਕਰਿਓ ਹਾਂ ਕਿਉਂ ਸਰਪੰਚ ਸਾਹਿਬ ਹਾਂ ਜੀ ਨੰਬਰ ਕਰੂਗੀ ਮਦਦ ਪੂਰੀ ਹਾਂ ਜੀ ਪੂਰੀ ਜੱਥੇ ਸਕਰੀਨ ਤੇ ਨੰਬਰ ਦੇ ਰਹਿਆਂਗੇ ਆਪਾਂ ਜਦੋਂ ਵੀ ਜੀ ਚਾਹੇ ਲਾ ਲਿਓ ਜਦੋਂ ਜੀ ਮਨ ਦਾ ਫੋਨ ਕਰ ਲੋ ਜੀ ਜਿੰਨਾ ਕ ਆਪਾਂ ਨੂੰ ਤਜਰਬਾ ਆਉਂਦਾ ਹੈ ਹਨਾ ਹਾਂ ਉਹਨਾ ਤਜਰਬਾ ਵੀ ਦੇਵਾਂਗੇ ਜਿਹੜੇ ਬੰਦੇ ਨੇ ਕੋਈ ਨਵਾਂ ਕੰਮ ਕਰਨਾ ਉਹਦੀ ਸਪੋਰਟ ਵੀ ਕਰਾਂਗੇ ਮੇਰੇ ਕੋਲੋਂ ਮਿਲਦਾ ਹੋਇਆ ਮਾਲ ਮੈਂ ਦੇਵਾਂਗਾ ਜੇ ਬਾਹਰੋਂ ਖਰੀਦਣਾ ਹੋਇਆ ਬਾਹਰੋਂ ਖਰੀਦ ਕੇ ਦੇਵਾਂਗੇ ਠੀਕ ਹੈ ਫੁੱਲ ਜੱਜ ਕੇ ਸਪੋਰਟ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਐਡੀ ਵੀ ਮੰਨ ਲਾ ਵੀ ਕੋਈ ਆਏ ਨਾ ਸਮਝੋ ਵੀ ਜਿਆਦਾ ਕਿਉਂਕਿ ਡਰਨ ਵਾਲੇ ਇਹ ਜੇ ਆਪਾਂ ਜਿਆਦਾ ਬੰਦੇ ਨੂੰ ਹੌਸਲਾ ਦੇਵਾਂਗੇ ਨਾ ਕਈ ਵਾਰੀ ਉਹ ਨੁਕਸਾਨ ਬਾਅਦ ਜਿਖਾ ਜਾਂਦਾ ਉਹਨੂੰ ਥੋੜਾ ਜਿਹਾ ਪਹਿਲਾਂ ਜੇ ਆਪਾਂ ਦੱਸਾਂਗੇ ਵੀ ਆਹ ਮਾਹੌਲ ਤੇ ਇਤਿਹਾਸ ਆ ਸਕਦਾ ਤਾਂ ਉਹ ਥੋੜਾ ਜਿਹਾ ਸਮਝ ਨਾਲ ਚਲਾਊਗਾ ਕਿਉਂਕਿ ਬਿਮਾਰ ਹਰ ਇੱਕ ਚੀਜ਼ ਨਹੀਂ ਹੋਣੀ ਹੁੰਦਾ ਜੀ ਚਲੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਤੇ ਕੋਈ ਗੱਲ ਨਹੀਂ ਕਿਉਂਕਿ ਟਾਈਮ ਥੋੜਾ ਜਿਹਾ ਘੱਟ ਹੈ ਤੇ ਗੱਲਾਂ ਜ਼ਿਆਦਾ ਗੱਲਾਂ ਜ਼ਿਆਦਾ ਤੇ ਬਹੁਤ ਧੰਨਵਾਦ ਚਲੋ ਜੀ ਥੈਂਕ ਯੂ ਧੰਨਵਾਦ